ਗੁਰਦਾਸਪੁਰ ਦੇ ਪਿੰਡ ਜੋਗੀਵਾਲ ਬੇਦੀਆਂ ਵਿੱਚ ਗੁਰਦੁਆਰਾ ਸਾਹਿਬਾਂ ਦਾ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਖਬਰ ਹੈ। ਅੱਗ ਦੀ ਚਪੇਟ ਵਿੱਚ ਆਉਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਨੁਕਸਾਨ ਪਹੁੰਚਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਤਫਤੀਸ਼ ਆਰੰਭ ਦਿੱਤੀ ਹੈ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਤੱਕ ਸਾਰੇ ਨਿਤਨੇਮ ਕਰਕੇ ਅਤੇ ਉਹਨਾਂ ਤਾਲਾ ਮੇਨ ਮਾਰ ਕੇ ਸੰਗਤ ਵੀ ਚਲੀ ਗਈ ਆਪਣੇ ਕੰਮ ਕਰ ਦੇ ਸੰਬੰਧ 'ਚ, ਅਤੇ ਜਿਹੜਾ ਮੇਨ ਗ੍ਰੰਥੀ ਸੀਗਾ ਉਹ ਵੀ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਚਲੇ ਗਿਆ। ਜਿਹੜੇ ਸਾਹਮਣੇ ਘਰ ਵਾਲੇ ਆ ਉਹਨਾਂ ਦੇਖਿਆ 8 ਵਜੇ ਗੁਰਦੁਆਰੇ ਦੀ ਇਮਾਰਤ ਦੇ ਤਰੇ ਦੇ ਵਿੱਚੋਂ ਦੀ ਧੂੰਆਂ ਨਿਕਲਣ ਡਿਆ ਵਾ। ਉਹਨਾਂ ਫਿਰ ਸਾਰਿਆਂ ਰੌਲਾ ਪਾਇਆ, ਇਹ ਜਿਹੜਾ ਵਾ ਹਾਦਸਾ ਬਿਜਲੀ ਦੇ ਸ਼ੋਰਟ ਸਰਕਟ ਹੋਣ ਕਰਕੇ ਹੋਇਆ ਵਾ, ਇਹ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਵਾ। ਅਤੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਵੀ ਆਏ ਆ, ਉਹਨਾਂ ਨੇ ਆਪਣੇ ਰਹਿਤ ਮਰਿਆਦਾ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਦੇਹ ਆ ਉਹਨੂੰ ਚੁੱਕ ਲਿਆ ਵਾ। ਅੱਜ ਸਵੇਰੇ 7 ਵਜੇ ਦੇ ਕਰੀਬ ਸ਼ਾਰਟ ਸਰਕਟ ਕਰਕੇ ਸਾਡੇ ਗੁਰਦੁਆਰਾ ਸਾਹਿਬ ਅੱਗ ਲੱਗ ਗਈ ਆ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਅਗਨ ਭੇਟ ਹੋ ਗਏ। ਇਸ ਚੀਜ਼ ਦਾ ਪੂਰੇ ਪਿੰਡ ਨੂੰ ਬਹੁਤ ਅਫਸੋਸ ਹੈ। ਅੱਜ ਅਸੀਂ ਪੰਜਾਬ ਪੁਲਿਸ ਨੂੰ ਇਸ ਬਾਰੇ ਇਨਫੋਰਮ ਕੀਤਾ, ਉਹ ਆਏ ਨੇ।